ਬਰਨਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਸਖਤ ਵਿਰੋਧ ਤੋਂ ਬਾਅਦ ਹੁਣ ਸੁਖਪਾਲ ਖਹਿਰਾ ਦਾ ਵਿਰੋਧ ਵੀ ਹੋਣ ਲੱਗਿਆ। ਅਸਲ ਵਿੱਚ 15 ਅਗਸਤ ਨੂੰ ਹੋਣ ਵਾਲੀ ਪਿੰਡ ਈਸੜੂ ਕਾਨਫਰੰਸ ਤੋਂ ਪਹਿਲਾਂ ਕਾਨਫਰੰਸ ਦੇ ਰਾਹ ਵਿੱਚ ਲੱਗੇ ਸੁਖਪਾਲ ਖਹਿਰਾ ਦੇ ਪੋਸਟਰ ਤੇ ਕਾਲਖ ਮਲ ਦਿੱਤੀ ਗਈ। ਅਸਲ ਵਿੱਚ 15 ਅਗਸਤ ਨੂੰ ਹੋਣ ਵਾਲੀ ਪਿੰਡ ਈਸੜੂ ਕਾਨਫਰੰਸ ਤੋਂ ਪਹਿਲਾਂ ਕਾਨਫਰੰਸ ਦੇ ਰਾਹ ਵਿੱਚ ਲੱਗੇ ਸੁਖਪਾਲ ਖਹਿਰਾ ਦੇ ਹੋਰਡਿੰਗ ਤੇ ਕਾਲਖ ਮਲ ਦਿੱਤੀ ਗਈ। ਈਸੜੂ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਕਈ ਪਾਰਟੀਆਂ ਦੇ ਸਮਰਥਕਾਂ ਵੱਲੋਂ ਆਪੋ ਆਪਣੇ ਫਲੈਕਸ ਬੋਰਡ ਲਗਾਏ ਗਏ ਨੇ। ਇਸੇ ਤਹਿਤ ਸੁਖਪਾਲ ਖਹਿਰਾ ਦੇ ਸਮਰਥਕਾਂ ਨੇ ਵੀ ਬੋਰਡ ਲਗਾਏ ਹੋਏ ਨੇ, ਪਰ ਬੀਤੀ ਰਾਤ ਕਿਸੇ ਨੇ ਸੁਖਪਾਲ ਖਹਿਰਾ ਦੀ ਫੋਟੋ ਤੇ ਕਾਲਖ ਮਲ ਕੇ ਆਪਣਾ ਵਿਰੋਧ ਜਤਾਇਆ। ਹਾਲਾਂਕਿ ਕਾਲਖ ਸਾਫ਼ ਕਰਨ ਤੋਂ ਬਾਅਦ ਖਹਿਰਾ ਸਮਰਥਕ ਇਸ ਘਟਨਾ ਦੇ ਪਿੱਛੇ ਕਿਸੇ ਵੀ ਤਰ੍ਹਾਂ ਦੀ ਰੰਜਿਸ਼ ਜਾਂ ਸਾਜਿਸ਼ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਨੇ। ਕੀ ਵਿਚਾਰ ਆ ਤੁਹਾਡਾ ਇਹਦੇ ਬਾਰੇ, ਜੋ ਕਾਲਸ ਜਾਂ ਵਗੈਰਾ ਚਿੱਕੜ? ਦੇਖੋ ਜੀ, ਕੋਈ ਕਾਲਸ ਨਹੀਂ ਸੀ, ਕੁਛ ਨਹੀਂ ਸੀ। ਇਹ ਨੋਰਮਲ ਜਿਵੇਂ ਆਮ ਮੀਂਹ ਦਾ ਚਿੱਕੜ ਹੁੰਦਾ, ਜਾਂ ਤਾਂ ਕਿਸੇ ਗੱਡੀ ਦੇ ਨਾਲ ਜਾਂ ਕਿਸੇ ਟਰੱਕ ਦੇ ਨਾਲ ਕਿਸੇ ਨਾਲ ਵੀ ਖਹਿਰਾ ਸਾਹਿਬ ਦੀ ਪੋਰਟ ਦੇ ਉੱਤੇ ਲੱਗਿਆ ਸੀ, ਉਹ ਅਸੀਂ ਸਾਫ਼ ਕਰਾਤਾ। ਕੋਈ ਸੀਰੀਅਸ ਮੈਟਰ ਨਹੀਂ, ਕੋਈ ਕਿਸੇ ਦੀ ਰੰਜਿਸ਼ ਨਹੀਂ ਹੈ, ਸਾਡਾ ਕਿਸੇ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ। ਜਾਣਕਾਰੀ ਦੇ ਮੁਤਾਬਕ ਪਿੰਡ ਈਸੜੂ 'ਚ ਸੁਖਪਾਲ ਖਹਿਰਾ ਦੇ 2 ਫਲੈਕਸ ਬੋਰਡ ਲਗਾਏ ਗਏ ਨੇ, ਇੱਕ ਸ਼ਹੀਦ ਭੁਪਿੰਦਰ ਸਿੰਘ ਬੁੱਤ ਦੇ ਅੱਗੇ ਅਤੇ ਦੂਸਰਾ ਸੁਖਪਾਲ ਖਹਿਰਾ ਦੀ ਕਾਨਫਰੰਸ ਵਾਲੀ ਜਗ੍ਹਾ ਦੇ ਬਾਹਰ। ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਇੱਕ ਬੋਰਡ ਤੇ ਕਾਲੀ ਸਿਆਹੀ ਅਤੇ ਦੂਜੇ ਤੇ ਮਿੱਟੀ ਦਾ ਲੇਪ ਕਰ ਦਿੱਤਾ। ਪਿੰਡ ਈਸੜੂ ਵਾਸੀਆਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਦੀ ਅਪੀਲ ਕਰਦਿਆਂ ਖਹਿਰਾ ਦੇ ਪੋਸਟਰ ਤੇ ਕਾਲਖ ਮਲਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਹਾਂਜੀ, ਜਿਹੜਾ ਇੱਥੇ ਆਮ ਪਾਰਟੀ ਦਾ ਫਲੈਕਸੀ ਬੋਰਡ ਲੱਗਿਆ ਜੀ, ਅਤੇ ਖਹਿਰਾ ਸਾਹਿਬ ਦੀ ਫੋਟੋ ਲੱਗੀ ਹੋਈ ਆ, ਉਹਦੇ ਉੱਤੇ ਕਿਸੇ ਸ਼ਰਾਰਤੀ ਅਨਸਰਾਂ ਨੇ ਕਾਲਸ ਮਲੀ ਚਾਹੇ ਮਿੱਟੀ ਮਲੀ, ਉਹ ਬਹੁਤ ਮੰਗ ਭੰਗ ਘਟਣਾ। ਇਹ ਕੰਮ ਹੋਣਾ ਨਹੀਂ ਚਾਹੀਦਾ ਸੀਗਾ। ਸਾਡੇ ਇੱਥੇ ਪਿੰਡ ਈਸੜੂ ਦੇ ਸ਼ਹੀਦੀ ਅਸੀਂ ਦਿਹਾੜਾ ਮਨਾਉਂਦੇ ਹਾਂ, ਇਹਦੀ ਅਸੀਂ ਨਿਖੇਧੀ ਕਰਦੇ ਹਾਂ ਜਿਹਨੇ ਵੀ ਇਹ ਕੰਮ ਕਰਿਆ। ਅਤੇ ਜਿਹੜੀ ਸ਼ਹੀਦੀ ਕਾਨਫਰੰਸ ਹੋ ਰਹੀ ਆ ਸ਼ਹੀਦ ਕਰਨੈਲ ਸਿੰਘ ਦੇ ਵਿੱਚ, ਉਹਦੇ ਜਿਹੜੇ ਆਮ ਆਦਮੀ ਪਾਰਟੀ ਸੁਖਪਾਲ ਖਹਿਰੇ ਦੇ ਬੋਰਡ ਦੇ ਉੱਤੇ ਜਿਹੜੇ ਕੋਈ ਸ਼ਰਾਰਤੀ ਅਨਸਰਾਂ ਨੇ ਕਾਲਸ ਮਲੀ ਆ ਜਾਂ ਮਿੱਟੀ ਲਾਈ ਆ, ਉਹ ਬਹੁਤ ਹੀ ਮਾੜੀ ਦੁਰਘਟਨਾ ਹੈ। ਅਸੀਂ ਇਹਦੀ ਪੂਰਜੋਗ ਨਿੰਦਾ ਕਰਦੇ ਹਾਂ, ਪਿੰਡ ਵਾਸੀ ਸਾਰੇ, ਵੀ ਬਹੁਤ ਹੀ ਮਾੜਾ ਗੱਲ ਹੈ ਜਿਹਨੇ ਕੀਤੀ ਆ। ਇਹ ਹੋਣਾ ਨਹੀਂ ਚਾਹੀਦਾ, ਇਹ ਸ਼ਹੀਦੀ ਕਾਨਫਰੰਸ ਆ, ਇਹ ਸ਼ਾਂਤੀਪੂਰਵਕ ਨਾਲ ਮਨਾਉਣੀ ਚਾਹੀਦੀ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨੀ ਗੜਸ਼ੰਕਰ ਵਿੱਚ ਹੋਈ ਰੈਲੀ ਦੇ ਦੌਰਾਨ ਵੀ ਖਹਿਰਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਕਨਵੈਨਸ਼ਨ ਦਾ ਵਿਰੋਧ ਕੀਤਾ ਗਿਆ ਸੀ। ਪਰ ਇਸ ਦੇ ਨਾਲ ਹੀ ਇੱਥੇ ਵੀ ਜ਼ਿਕਰਯੋਗ ਹੈ ਕਿ ਪਿੰਡ ਵਿੱਚ ਵੱਡੇ ਸਿਆਸੀ ਆਗੂਆਂ ਦੇ ਪਹੁੰਚਣ ਦੇ ਕਾਰਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ, ਪਰ ਇੰਨੀ ਸੁਰੱਖਿਆ ਦੇ ਬਾਵਜੂਦ ਵੀ ਸ਼ਰਾਰਤੀ ਅਨਸਰ ਆਪਣੇ ਇਸ ਕਾਰਨਾਮੇ ਨੂੰ ਅੰਜਾਮ ਦੇ ਗਏ। ਖੰਨਾ ਤੋਂ ਕਨਵਿੰਦਰ ਢਿੱਲੋਂ, D5 ਚੈਨਲ ਪੰਜਾਬੀ।